ਬੋਲੀਏ ਜਗਤ ਗੁਰੂ ਭਗਵਾਨ ਸ਼੍ਰੀ ਚੰਦਰ ਮਹਾਰਾਜ ਕੀ ਜੈ। ਆਓ ਅੱਜ ਤੁਹਾਨੂੰ ਦਰਸ਼ਨ ਕਰਵਾਉਣੇ ਆ ਬਹੁਤ ਹੀ ਪਵਿੱਤਰ ਅਸਥਾਨ ਸ਼੍ਰੀ ਸ਼ਿਰਡੀ ਸਾਈ ਮੰਦਰ, ਉਦਾਸੀਨ ਆਸ਼ਰਮ, ਡੇਰਾ ਬਾਬਾ ਫਕਰ ਸ਼ਾਹ ਜੀ, ਕਸਬਾ ਧਨੌਲਾ, ਜ਼ਿਲ੍ਹਾ ਬਰਨਾਲਾ, ਜਿੱਥੇ ਹਰ ਸਾਲ ਦੀ ਤਰ੍ਹਾਂ ਸਾਲਾਨਾ ਮਹਾਨ ਸੰਤ ਸਮਾਗਮ ਬਹੁਤ ਹੀ ਸ਼ਰਧਾ ਨਾਲ ਕਰਵਾਇਆ ਗਿਆ। ਅਸਥਾਨ ਦੇ ਮੁੱਖ ਸੰਚਾਲਕ ਸ਼੍ਰੀਮਾਨ ਮਹੰਤ ਰਾਹੁਲ ਸ਼ਾਹ ਜੀ, ਸਮੂਹ ਨਗਰ ਨਿਵਾਸੀ, ਇਲਾਕੇ ਦੀਆਂ ਸੰਗਤਾਂ, ਦੇਸ਼ਾਂ ਵਿਦੇਸ਼ਾਂ ਦੀ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮਾਂ ਮੌਕੇ ਆਰੰਭ ਕੀਤੇ ਸ਼੍ਰੀ ਚੰਦਰ ਸੰਧਾਨ ਸਾਗਰ ਪਾਠਾਂ ਦੀ ਅੰਮ੍ਰਿਤਵੀ ਬਾਣੀ ਦੇ ਭੋਗ ਪਾਏ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਸੰਤਾਂ ਮਹਾਂਪੁਰਸ਼ਾਂ ਨੇ ਹਾਜ਼ਰੀ ਲਗਵਾਈ। ਸਮਾਗਮਾਂ ਮੌਕੇ ਵਾਤਾਵਰਨ ਦੀ ਸ਼ੁੱਧਤਾ ਲਈ ਅਤੇ ਇਲਾਕੇ ਦੀ ਸੁੱਖ ਸ਼ਾਂਤੀ ਲਈ ਵਿਸ਼ਾਲ ਹਵਨ ਜੱਗ ਹੋਇਆ, ਜਿਸ ਵਿੱਚ ਸਾਰਿਆਂ ਨੇ ਪੂਰਨਹੁਤੀਆਂ ਪਾ ਕੇ ਆਪਣਾ ਜੀਵਨ ਸਫਲਾ ਕੀਤਾ। ਸਮਾਗਮਾਂ ਮੌਕੇ ਸ਼੍ਰੀਮਾਨ ਮਹੰਤ ਸੇਵਾਦਾਸ ਜੀ ਕੋਟ ਫਤਾ, ਸ਼੍ਰੀਮਾਨ ਮਹੰਤ ਵਿਵੇਕ ਮੁਨੀ ਜੀ ਤਪਾ, ਸ਼੍ਰੀਮਾਨ ਮਹੰਤ ਭਗਵਾਨ ਦਾਸ ਜੀ ਤਪਾ, ਸ਼੍ਰੀਮਾਨ ਮਹੰਤ ਜੈ ਮੁਨੀ ਜੀ ਤਪਾ, ਸ਼੍ਰੀਮਾਨ ਮਹੰਤ ਜੈ ਰਾਮ ਜੀ ਨੀਲਕੰਠ, ਮਹੰਤ ਰਾਜਮੁਨੀ ਜੀ ਦਰਾਜ, ਮਹੰਤ ਸਤਜੁਗ ਦਾਸ ਜੀ ਚੋਟੀਆਂ, ਮਹੰਤ ਬਚਨ ਦਾਸ ਜੀ ਖਨਿਆਣ, ਸਵਾਮੀ ਸ਼ਾਰਦਾ ਦੇਵੀ ਜੀ ਖੰਨਾ, ਮਹੰਤ ਹੰਸਦਾਸ ਜੀ ਆਲੀਕੇ, ਮਹੰਤ ਬਾਲਕ ਦਾਸ ਜੀ ਭੀਖੀ, ਮਹੰਤ ਸੁੰਦਰਦਾਸ ਜੀ ਭੀਖੀ, ਮਹੰਤ ਅਕਾਲਦਾਸ ਜੀ ਸਿੰਘਪੁਰਾ, ਮਹੰਤ ਸੰਗਮਦਾਸ ਜੀ ਕਮਾਲੂ, ਮਹੰਤ ਦਿਆਲਦਾਸ ਜੀ ਸ਼ਹਿਣਾ, ਮਹੰਤ ਨਿੱਕੂਦਾਸ ਜੀ ਸ਼ਹਿਣਾ, ਮਹੰਤ ਸਤਪਾਲ ਦਾਸ ਜੀ ਆਲੀਕੇ, ਮਹੰਤ ਗਗਨਪੁਰੀ ਜੋਗੇਵਾਲਾ, ਮਹੰਤ ਤੇਜ ਪ੍ਰਕਾਸ਼ ਜੀ, ਮਹੰਤ ਤੁਰਤਦਾਸ ਜੀ ਅਲੀ ਸ਼ੇਰ, ਮਹੰਤ ਵਕੀਲਦਾਸ ਜੀ ਮਿਠੜੀ ਸਮੇਤ ਅਨੇਕਾਂ ਮਹਾਂਪੁਰਸ਼ ਪੁੱਜੇ ਹੋਏ ਸਨ। ਜੇ ਤੂੰ ਦੁਨੀਆ ਤੋਂ ਕੁਝ ਖੱਟਣਾ ਏ ਇਸ ਦਰ ਤੇ ਆ ਕੇ ਦੇਖ ਜਰਾ ਜੇ ਤੂੰ ਦੁਨੀਆ ਤੋਂ ਕੁਝ ਖੱਟਣਾ ਏ ਇਸ ਦਰ ਤੇ ਆ ਕੇ ਵੇਖ ਜਰਾ ਜੇ ਤੂੰ ਦੁਨੀਆ ਤੋਂ ਕੁਝ ਖੱਟਣਾ ਏ ਇਸ ਦਰ ਤੇ ਆ ਕੇ ਵੇਖ ਜਰਾ ਜੇ ਤੂੰ ਦੁਨੀਆ ਤੋਂ ਕੁਝ ਖੱਟਣਾ ਏ ਇਸ ਦਰ ਤੇ ਆ ਕੇ ਵੇਖ ਜਰਾ ਬਾਬੇ ਨਾਨਕ ਦੀ ਤਸਵੀਰ ਵਸਾ ਕੇ ਵੇਖ ਜਰਾ ਅੱਖੀਆਂ ਵਿੱਚ ਬਾਬੇ ਨਾਨਕ ਦੀ ਤਸਵੀਰ ਵਸਾ ਕੇ ਵੇਖ ਜਰਾ ਅੱਖੀਆਂ ਵਿੱਚ ਬਾਬੇ ਨਾਨਕ ਦੀ ਜੇ ਤੂੰ ਦੁਨੀਆ ਤੋਂ ਕੁਝ ਖੱਟਣਾ
ਇਸ ਦਰ ਤੇ ਆ ਕੇ ਵੇਖ ਜਰਾ, ਜੇ ਤੂੰ ਦੁਨੀਆ ਤੋਂ ਕੁਝ ਖੱਟਣਾ ਏ, ਇਸ ਦਰ ਤੇ ਆ ਕੇ ਵੇਖ ਜਰਾ। ਬਿਗੜੀ ਹੋਈ ਕਿਸਮਤ ਬਣ ਮੈਨੂੰ ਇੱਥੇ ਇੱਕ ਵੀ ਪਲ ਨਹੀਂ ਲੱਗਦਾ। ਤੂੰ ਖਾਕ ਦਾ ਤੇਰੇ ਚਰਨਾਂ ਦੀ ਮਸਤਕ ਨੂੰ ਲਾ ਕੇ ਵੇਖ ਜਰਾ, ਤੂੰ ਖਾਕ ਦਾ ਤੇਰੇ ਚਰਨਾਂ ਦੀ ਮਸਤਕ ਨੂੰ ਲਾ ਕੇ ਵੇਖ ਜਰਾ। ਜੇ ਤੂੰ ਦੁਨੀਆ ਤੋਂ ਕੁਝ ਕੱਢਣਾ ਏ, ਇਸ ਦਰ ਤੇ ਆ ਕੇ ਵੇਖ ਜਰਾ। ਜੇ ਤੂੰ ਦੁਨੀਆ ਤੋਂ ਕੁਝ ਕੱਢਣਾ ਏ, ਇਸ ਦਰ ਤੇ ਆ ਕੇ ਵੇਖ ਜਰਾ। ਬਾਬੇ ਨਾਨਕ ਦੀ ਤਸਵੀਰ ਵਸਾ ਕੇ ਵੇਖ ਜਰਾ, ਅੱਖੀਆਂ ਵਿੱਚ ਬਾਬੇ ਨਾਨਕ ਦੀ ਤਸਵੀਰ ਵਸਾ ਕੇ ਵੇਖ ਜਰਾ। ਜੇ ਤੂੰ ਦੁਨੀਆ ਤੋਂ ਕੁਝ ਘਟਣਾ ਏ, ਇਸ ਦਰ ਤੇ ਆ ਕੇ ਵੇਖ ਜਰਾ। ਆਪਣੇ ਰੁੱਸੇ ਪ੍ਰੀਤਮ ਨੂੰ, ਤੂੰ ਆਪਣੇ ਰੁੱਸੇ ਪ੍ਰੀਤਮ ਨੂੰ ਇੱਕ ਵਾਰ ਮਨਾ ਕੇ ਵੇਖ ਜਰਾ। ਜੇ ਤੂੰ ਦੁਨੀਆ ਤੋਂ ਕੁਝ ਘਟਣਾ ਏ,
ਇਸ ਤਰ ਤੇ ਆ ਕੇ ਵੇਖ ਜੇ ਤੂੰ ਦੁਨੀਆ ਤੋਂ ਕੁਝ ਘਟਣਾ ਜਾਣਨ ਮਹਿਮਾ ਕੁਦਰਤ ਦੇ ਪਿਆਰਿਆਂ ਦੀ ਤੀਰਤ ਵੀ ਲੋਚਣ ਤੂੜੀ ਕੇਸਰ ਦੇ ਚਿਹਰਿਆਂ ਦੀ ਆ ਜਾ ਮਨ ਕਨਕਾ ਤਾਰੀ ਗਿਣਤੀ ਨਾ ਸਾਰਿਆਂ ਦੀ ਤੋਤਾ ਮਨ ਕਾਬੂ ਕਰਕੇ ਪਿੰਜਰੇ ਵਿੱਚ ਪਾ ਲਈਏ ਸੰਤਾਂ ਦੀ ਧੂੜੀ ਚੁੱਕ ਮੱਥੇ ਨੂੰ ਲਾ ਲਈਏ ਸਾਧੂ ਨੇ ਰੂਪ ਰੱਬ ਦਾ ਧੂਣੀਆਂ ਅਗਨੀ ਜਦ ਭਰਦੀ ਹੈ ਕਰਦੇ ਜਲ ਤਾਰੇ ਜਦੋਂ ਪੈਂਦੀ ਪੁੱਛ ਸਰਦੀ ਹੈ ਤਰ ਲੋਕੀ ਤੋਂ ਪਹਿਲਾਂ ਖਬਰਾਂ ਲੈਣ ਗੁਰ ਕਰਦੀ ਹੈ ਸੰਤ ਅਨੇਕ ਮਤੀ ਕੇ ਪਤਾ ਮੰਗਵਾ ਲਈਏ ਸੰਤਾਂ ਦੀ ਧੂਣੀ ਚੁੱਕ ਮੱਥੇ ਨੂੰ ਲਾ ਲਈਏ ਸਾਧੂ ਨੇ ਰੂਪ ਰੱਬ ਦਾ ਫਕਰਾਂ ਦੇ ਦਰਜੇ ਉੱਚੇ ਦੱਸਿਆ ਅਵਤਾਰਾਂ ਨੇ ਦੁਸ਼ਟ ਦਾ ਮਨ ਜੀ ਦੱਸਿਆ ਦਾਸਮ ਦਰਬਾਰਾਂ ਨੇ ਉੱਚੀਆਂ ਕੂਕਾਂ ਮਾਰੀਆਂ ਬੇਦਾਂ ਹੀ ਚਾਰਾਂ ਨੇ ਅਠਾਰਾਂ ਪੁਰਾਣ ਕਹਿੰਦੇ ਮਨ ਮੇ ਵਸਾ ਲਈਏ ਸੰਤਾਂ ਦੀ ਧੂੜੀ ਚੱਕ ਮੱਥੇ ਨੂੰ ਲਾ ਲਈਏ ਸਾਧੂ ਨੇ ਰੂਪ ਰੱਬ ਦਾ ਰਾਜੇ ਤੇ ਜੋਗੀ ਫਕਰ ਪਈਏ ਜੰਗ ਭਗਤਾਂ ਦੇ ਹਰ ਜੀ ਦੇ ਮੰਦਰ ਅੰਦਰ ਲਾਇਕ ਜੋ ਤਖਤਾਂ ਦੇ ਕਰਮ ਜੀਤ ਸਿਆ ਤਾਰੇ ਜੀਵਾ ਮਾਰੇ ਜੋ ਵਖਤਾਂ ਦੇ ਗੁਰਮੇਲ ਸ਼ਾਨ ਚਾਹੁੰਦਾ ਹੈ ਅੱਜ ਮੱਲੀ ਨਾਲ ਗਾ ਲਈਏ ਸੰਤਾਂ ਦੀ ਤੂੜੀ ਚੁੱਕ ਮੱਥੇ ਨੂੰ ਲਾ ਲਈਏ ਸਾਧੂ ਨੇ ਰੂਪ ਰੱਬ ਦਾ ਬੀਬੀ ਤੇ ਸੇਵਾਦਾਰ ਵੱਲੋਂ ਤਿਆਰ ਕੀਤਾ ਗਿਆ ਭੰਡਾਰਾ ਸਾਰੇ ਮਹਾਂਪੁਰਸ਼ਾਂ ਅਤੇ ਸੰਗਤਾਂ ਨੇ ਇਕੱਠੇ ਬੈਠ ਕੇ ਛਕਿਆ ਅਤੇ ਆਏ ਮਹਾਂਪੁਰਸ਼ਾਂ ਦੀ ਅਸਥਾਨ ਦੇ ਮੁੱਖ ਸੰਚਾਲਕ ਸ਼੍ਰੀਮਾਨ ਮਹੰਤ ਰਾਹੁਲ ਸ਼ਾਹ ਜੀ ਵੱਲੋਂ ਪੰਗਤ ਪੂਜਾ ਵੀ ਕੀਤੀ ਗਈ ਅਤੇ ਸਾਡੇ ਰਿਪੋਰਟਰ ਗੌਰਵ ਕਾ ਸ਼ੇਪੁਰ ਨਾਲ ਗੱਲਬਾਤ ਕਰਦਿਆਂ ਆਏ ਮਹਾਂਪੁਰਸ਼ਾਂ ਦਾ ਸੰਗਤਾਂ ਦਾ ਅਤੇ ਸੇਵਾਦਾਰਾਂ ਦਾ ਧੰਨਵਾਦ ਵੀ ਕੀਤਾ ਗਿਆ ਸ਼੍ਰੀ ਸ਼ਿਰਡੀ ਸਾਈ ਮੰਦਰ ਉਦਾਸੀ ਆਸ਼ਰਮ ਡੇਰਾ ਬਾਬਾ ਫਕਰ ਸ਼ਾਹ ਜੀ ਕਸਬਾ ਧਨੌਲਾ ਜ਼ਿਲ੍ਹਾ ਬਰਨਾਲਾ ਤੋਂ ਗੌਰਵ ਕਾ ਸ਼ੇਰਪੁਰ ਦੀ ਇਹ ਖਾਸ ਰਿਪੋਰਟ ਹੋ ਜਾਨੀ ਜਿੰਦੇ ਤੂੰ ਤਰੇਣ ਸਾਧੂਆਂ ਦੀ ਹੋ ਜਾਨੀ ਜਿੰਦੇ ਤੂੰ ਤਰੇਣ ਸਾਧੂਆਂ ਦੀ ਜਿੰਦੇ
ਤੂੰ ਤਰੇਣ ਸਾਧੂਆਂ ਦੀ ਹੋ ਜਾਣੀ ਜਿੰਦੇ ਤੂੰ ਤਰੇਣ ਸਾਧੂਆਂ ਸਾਧੂਆਂ ਦੀ ਰੇਣ ਸਾਧੂਆਂ ਦੀ ਸਾਧੂਆਂ ਦੀ ਜਾਨੀ ਜਿੰਦੇ ਤੂੰ ਤਾਂ ਰਹਿਣ ਸਾਧੂਆਂ ਦੀ ਮਾਘ ਮਜਨ ਸੰਗ ਸਾਧੂਆਂ ਤੂੜੀ ਕ੍ਰਿਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਜਨਮ ਕਰਮ ਮਲ ਪੁੱਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨਸੇ ਲੋਭ ਸੁਆਨ ਸੱਚੇ ਮਾਰਗ ਚਲਦਿਆਂ
ਤੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਅੱਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਜਿਸਨੂੰ ਦੇਵੈ ਦਇਆ ਕਰ ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਣ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਮਾਗ ਸੁਚੇ ਸੇ ਕਾਢੀਐ ਮਾਗ ਸੁਚੇ ਸੇ ਕਾਢੀਐ ਜਿਨ ਪੂਰਾ ਗੁਰ ਮਿਹਰਬਾਨ ਹੋ ਜਾਨੀ ਜਿੰਦੇ ਤਾਂ ਰਹਿਣ ਸਾਧੂਆਂ ਦੀ ਹੋ ਜਾਨੀ ਜਿੰਦੇ ਤੂੰ ਤਾਂ ਰਹਿਣ ਸਾਧੂਆਂ ਦੀ ਜੀਵਨ ਸਫਲ ਹੋ ਜਾਵੇ ਸੰਗ ਕਰ ਸਾਧੂਆਂ ਦਾ ਤੇਰਾ ਜੀਵਨ ਸਫਲ ਹੋ ਜਾਵੇ ਸੰਗ ਕਰ ਸਾਧੂਆਂ ਦਾ ਸਫਲ ਹੋ ਜਾਵੇ ਸਫਲ ਹੋ ਜਾਵੇ ਸਫਲ ਹੋ ਜਾਵੇ ਸੰਗ ਕਰ ਸਾਧੂਆਂ ਦਾ ਤੇਰਾ ਜੀਵਨ ਸਫਲ ਹੋ ਜਾਵੇ ਸੰਗ ਕਰ ਸਾਧੂਆਂ ਦਾ
ਸਾਧ ਮਾ ਵਾ 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 ਸੰਗ ਕਰ ਸਾਧ ਮਾ ਸਫਲ ਹੋ ਜਾਵੇ ਸਫਲ ਹੋ ਜਾਵੇ ਸਫਲ ਹੋ ਜਾਵੇ ਸੰਗ ਕਰ ਸਾਧੂਆਂ ਦਾ ਤੇਰਾ ਜੀਵਨ ਸਫਲ ਹੋ ਜਾਵੇ ਸੰਗ ਕਰ ਸਾਧੂਆਂ ਦਾ ਬੋਲ ਭਗਵਾਨ ਸ਼੍ਰੀ ਚੰਦ ਮਹਾਰਾਜ ਕੀ ਜੈ। ਅੱਜ ਧਨੌਲਾ ਨਗਰ ਵਿਖੇ ਡੇਰਾ ਬਾਬਾ ਫੱਕਰ ਸ਼ਾਹ ਜੀ ਉਦਾਸੀਨ 1 ਮਾਰਚ ਮਹਾਰਾਜ ਦੇ ਪਾਠਾਂ ਦੇ ਭੋਗ ਪਾਏ ਗਏ ਔਰ ਬਹੁਤ ਹੀ ਸ਼ਰਧਾ ਭਾਵਨਾ ਨਾਲ ਸਾਰੀ ਸੰਗਤ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਔਰ ਬਹੁ ਗਿਣਤੀ ਦੇ ਵਿੱਚ ਸਾਧੂ ਸੰਤ ਮਹਾਤਮਾ ਪੁੱਜੇ। ਅੱਜ ਸ਼੍ਰੀ ਚੰਦ ਸਿਧਾਂਤ ਸਾਗਰ ਜੀ ਦੇ ਮਹਾਰਾਜ ਜੀ ਦੇ ਪਾਠਾਂ ਦੇ ਭੋਗ ਦੌਰਾਨ ਸਾਰੀ ਸੰਗਤ ਨੂੰ ਭੋਜਨ ਪਾਣੀ ਔਰ ਸੰਤਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਡੇਰਾ ਬਾਬਾ ਫੱਕਰ ਸ਼ਾਹ ਜੀ ਦੀ ਅਪਾਰ ਕਿਰਪਾ ਨਾਲ ਸਾਰੀ ਸੰਗਤ ਨੇ ਬਹੁਤ ਵਧੀਆ ਸੇਵਾ ਕੀਤੀ। ਇਸ ਗੱਲੋਂ ਅਸੀਂ ਸਾਰੀ ਸੰਗਤ ਦਾ, ਸਾਰੇ ਨਗਰ ਦਾ, ਸਾਰੇ ਮਹਾਂਪੁਰਸ਼ਾਂ ਦਾ, ਸਿੱਧਾਂ ਦਾ ਦਿਲੋਂ ਜੀ ਆਇਆ ਧੰਨਵਾਦ ਕਰਦੇ ਹਾਂ। ਬੋਲ ਭਗਵਾਨ ਸ਼੍ਰੀ ਚੰਦ ਮਹਾਰਾਜ ਕੀ ਜੈ। ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੀ ਕਵਰੇਜ ਲਈ ਸੰਪਰਕ ਕਰੋ ਗੌਰਵ ਗਰਗ ਸ਼ੇਰਪੁਰ। ਮੋਬਾਈਲ 94170 36301 ਅਤੇ 98141 36301।